ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਜੋੜਾ ਵਿਖੇ ਬੀਤੀ ਰਾਤ ਨੂੰ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਸਥਲ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਗੱਲਬਾਤ ਹੋਈ ਹੈ? ਜਿਹੜਾ ਇਹ ਕਿਹੜਾ ਮਰਡਰ ਹੋਇਆ ਤੇ ਕਿਹੜਾ ਜ਼ਿਲ੍ਹੇ ਇਲਾਜ ਪੱਟੀ ਹਸਪਤਾਲ ਤੁਹਾਡਾ ਚਾਲ ਸੀ? ਇਹ ਵੀਰ ਜੀ, ਇਹਨਾਂ ਨਾਲ ਕੋਈ ਆਪਸੀ ਹੈਗਾ ਸੀ, ਪੁਰਾਣਾ ਪਹਿਲਾਂ ਮਰਾਇਆ ਵੱਟ ਦਾ ਝਗੜਾ ਸੀਗਾ ਅਤੇ ਉਹਨੂੰ ਲੈ ਕੇ ਮੰਨ ਲਓ ਕਿ ਇਹਨਾਂ ਦਾ ਵੈਸੇ ਦਾ ਨਿਪਟਾਰਾ ਹੋ ਗਿਆ ਸੀ, ਸਭ ਕੁਛ ਹੋ ਗਿਆ ਸੀਗਾ ਅਤੇ ਰਾਜੀਨਾਮਾ ਵੀ ਹੋਇਆ ਸੀ ਅਤੇ ਇਹ ਆਪਦਾ ਮੰਨ ਲਓ ਖੇਤ 'ਚ ਗਿਆ ਸੀ ਸ਼ਾਮ ਨੂੰ ਅਤੇ ਆਪਣੇ ਵਾਪਸੀ ਆਉਂਦੇ ਪਏ ਸੀਗੇ। ਅਚਾਨਕ ਉਹਨਾਂ ਨੇ ਆਣ ਕੇ ਇਹਨਾਂ 'ਤੇ ਹਮਲਾ ਕੀਤਾ। ਇੱਕ ਦੀ ਦਾ ਬ੍ਰਦਰ ਜੀ ਦਾ ਹੋ ਗਈ, ਮੌਕੇ 'ਤੇ ਡੈਥ ਹੋ ਗਈ ਹੈ। ਇਹ ਆ ਜੀ ਹੋਸਪਿਟਲ ਦੇ ਵਿੱਚ ਇਹਨਾਂ 'ਤੇ ਕੋਈ ਬੋਲਣ ਦੀ ਹਾਲਤ ਵਿੱਚ ਨਹੀਂ ਹੈਗੇ। ਕਿੰਨੇ ਇਹਨਾਂ ਦੇ ਕੋਲ ਹਮਲਾ ਆਇਆ ਅਤੇ ਕਿੰਨੇ ਇਹਨਾਂ ਦੀ ਸੱਟਾਂ ਲੱਗੀਆਂ ਅਤੇ ਕਿਸਮ ਜਿੱਦਾਂ ਡੈਥ ਹੋਈ ਹੈ? ਡੈਥ ਵੀਰ ਇੱਕ ਦੀ, ਇਹਨਾਂ ਦੇ ਸੱਟਾਂ ਲੱਗੀਆਂ ਇੱਕ ਦੇ। ਕੀ ਨਾਂ ਇਹਨਾਂ ਦਾ? ਇਹਨਾਂ ਦਾ ਸੁਖਦੇਵ ਸਿੰਘ। ਅਤੇ ਜਿਹੜੇ ਡੈਥ ਹੋਈ ਉਹਦਾ ਕੀ ਨਾਂ ਹੈ? ਗੁਰਦੇਵ ਸਿੰਘ। ਕੀ ਮੰਗ ਕਰਦੇ ਹੁੰਦੇ ਜੀ? ਜੋ ਉਹਨਾਂ ਦੇ ਬੰਦ ਦੀ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ, ਜੋ ਜੋ ਧਾਰਾ ਚਾਹੀਦੀਆਂ ਉਹਨਾਂ 'ਤੇ ਲੱਗਣੀ ਚਾਹੀਦੀ ਹੈ। ਹਾਂਜੀ ਭਾਅ ਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਕੀ ਗੱਲਬਾਤ ਹੋਈ ਹੈ? ਜਿਹੜੀ ਸੱਟਾਂ ਲੱਗੀਆਂ ਅਤੇ ਤੁਹਾਡੇ ਸੁਣਿਆ ਕਿ ਵਿਅਕਤੀ ਦੀ ਜਿਹੜੀ ਮੌਤ ਹੋ ਗਈ, ਡੈਥ ਹੋਈ? ਇਹ ਅਸੀਂ ਤਾਂ ਦੇਖੋ ਮੌਕੇ 'ਤੇ ਮੌਜੂਦ ਨਹੀਂ ਸੀਗੇ ਅਤੇ ਜਿਹੜੇ ਬੰਦੇ ਮੌਕੇ 'ਤੇ ਹਾਜ਼ਰ ਸੀਗੇ ਉਹ ਅਜੇ ਇੱਥੇ ਹੈ ਨਹੀਂ ਗੇ ਅਤੇ ਇੱਕ ਜਿਹੜਾ ਮੁੰਡਾ ਸਾਡਾ ਭੂਆ ਜੀ ਦਾ ਬੇਟਾ, ਉਹਨਾਂ ਦੀ ਡੈਥ ਹੋ ਗਈ ਮੌਕੇ 'ਤੇ। ਉਹਨਾਂ ਦੇ ਗੋਲੀਆਂ ਕਾਫੀ ਲੱਗੀਆਂ ਨੇ ਅਤੇ ਇੱਕ ਇਹ ਅਜੇ ਐਡਮਿਟ ਹੈ ਅਤੇ ਇਹ ਅਜੇ ਬੋਲਣ ਦੇ ਹਾਲਾਤ 'ਚ ਨਹੀਂ ਹੈਗੇ। ਅਤੇ ਜਿੱਦਾਂ ਸਾਨੂੰ ਪਤਾ ਲੱਗਾ ਅਸੀਂ ਸਿੱਧਾ ਹਸਪਤਾਲ ਹੀ ਆਏ ਹਾਂ ਅਤੇ ਜਿੰਨਾ ਕੁ ਸਾਡੀ ਨੌਲੇਜ 'ਚ ਆ ਵੀ ਇਹਨਾਂ ਦੀ ਕੋਈ ਪੁਰਾਣੀ ਛੋਟਾ ਜਿਹਾ ਕੋਈ ਝਗੜਾ ਸੀਗਾ ਬਟਨ ਲੈ ਕੇ, ਅਤੇ ਉਹ ਸਾਰਾ ਜਿਹੜਾ ਮੈਟਰ ਸੀ ਸਰਾਲੀ ਥਾਣੇ ਦੇ ਵਿੱਚ ਸੋਲਵ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਕੋਈ ਉਹਨਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ। ਇਹ ਆਪਣੀ ਖੇਤੀ ਕਰ ਰਹੇ ਸੀਗੇ ਰਾਤੀ, ਜਿੰਨਾ ਕੁ ਸਾਨੂੰ ਪਤਾ ਲੱਗਿਆ ਉਹਨਾਂ ਨੇ ਇਹਨਾਂ 'ਤੇ ਆਣ ਕੇ ਹਮਲਾ ਕਰਤਾ। ਕੌਣ ਸੀ ਜਿਹਨੇ ਹਮਲਾ ਕੀਤਾ ਜੀ? ਇਹਨਾਂ ਦੇ ਨਾਲ ਹੀ ਉਹਨਾਂ ਦੀ ਜ਼ਮੀਨ ਹੈ ਅਤੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ, ਇਹਨਾਂ ਨੂੰ ਪਤਾ ਇਹ ਅਜੇ ਬੋਲਣ ਦੇ ਹਾਲਾਤ 'ਚ ਨਹੀਂ ਹੈਗੇ। ਤੁਹਾਡੇ ਕੀ ਲੱਗਦੇ ਨੇ? ਇਹ ਭੂਆ ਜੀ ਦੇ ਬੇਟੇ ਆ ਜੀ। ਇਸ ਸੰਬੰਧੀ ਦਰਖਾਸਤ ਦਿੱਤੀ ਕੋਈ? ਦਰਖਾਸਤ ਅਸੀਂ ਥਾਣਾ ਸਰਾਲੀ ਨੂੰ ਦਿੱਤੀ ਹੈ ਜੀ। ਮੌਕੇ 'ਤੇ ਸਾਰੇ ਅਫਸਰ ਆਏ ਨੇ, ਡਿਪਟੀ ਸਾਹਿਬ, SSP ਸਾਹਿਬ ਆਏ ਨੇ। ਕੋਈ ਕਾਰਵਾਈ ਹੋਈ ਜੀ? ਕਾਰਵਾਈ ਅਜੇ ਤੱਕ ਤਾਂ ਕੋਈ ਨਹੀਂ ਹੋਈ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਅਸੀਂ ਇਹੀ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਸੱਟਾਂ ਲਾਈਆਂ ਜਾਂ ਕਤਲ ਹੋਇਆ ਵਾ ਉਹਨਾਂ 'ਤੇ ਜਿਹੜੀਆਂ ਬਣਦੀਆਂ ਧਾਰਾਂ ਵਾ ਉਹ ਲੱਗਣੀਆਂ ਚਾਹੀਦੀਆਂ ਅਤੇ ਸਖ਼ਤ ਤੋਂ ਸਖ਼ਤ ਜਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਇਸ ਮੌਕੇ 'ਤੇ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਫਸਰਾਂ ਨੇ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਅੱਜ ਕੋਈ ਨਿੱਕੀ ਜਿਹੀ ਗੱਲ ਤੋਂ ਤਰਕਾਰ ਹੋ ਗਿਆ। ਬੰਬੀ 'ਤੇ ਦੋਵੇਂ ਬੈਠੇ ਸੀ, ਇੱਕ ਆ ਜਿਹੜੇ ਮਰਨ ਵਾਲੇ ਖਾਦ ਪਾ ਕੇ ਆਏ ਜਾ ਰਹੇ ਸੀ ਅਤੇ ਜਿਨ੍ਹਾਂ ਨੇ ਗੋਲੀ ਚਲਾਈ ਆ ਇਹ ਬੰਬੀ 'ਤੇ ਬੈਠੇ ਸੀ। ਕੋਈ ਤੂੰ ਤੂੰ ਮੈਂ ਹੋਈ ਅਤੇ ਇਹਨਾਂ ਨੂੰ ਮਤਲਬ ਅੰਨੇਵਾਹ ਗੋਲੀਆਂ ਚਲਾ ਕੇ ਅਤੇ ਗੁਰਦੇਵ ਸਿੰਘ ਦੇ ਮਤਲਬ ਜ਼ਖਮੀ ਕਰਤਾ ਅਤੇ ਇਹਦੇ ਭਰਾ ਸੁਖਦੇਵ ਸਿੰਘ ਨੂੰ ਮਤਲਬ ਹਸਪਤਾਲ ਮਤਲਬ ਜ਼ਖਮੀ ਹੋ ਗਿਆ। ਹਾਂਜੀ ਹਾਂਜੀ, ਗੁਰਦੇਵ ਸਿੰਘ ਪੁੱਤਰ ਬਲਕਾਰ ਸਿੰਘ, ਹਾਂ ਮੌਕੇ 'ਤੇ ਮੌਤ ਹੋ ਗਈ ਆ ਅਤੇ ਸੁਖਦੇਵ, ਹਾਂ 302 ਦਾ ਮੁਕੱਦਮਾ ਦਰਜ ਹੋ ਗਿਆ ਜੀ। 302 307 34 IPC 25 ਜਨਰਲ ਅਸਲ ਐਕਟ ਦਾ ਪਰਚਾ ਦਰਜ ਕਰਕੇ ਅਗਲ ਕਰੋ ਜੀ। ਸਰ ਹਰਵਿੰਦਰ ਸਿੰਘ ਆ, ਤਿੰਨ ਚਾਰ ਬੰਦੇ ਆ ਉਹ ਲਿਖੇ ਆ, ਤਿੰਨ ਚਾਰ ਬੰਦੇ ਤੁਹਾਨੂੰ ਦੱਸ ਦਿੰਦੇ। ਹਰਵਿੰਦਰ ਸਿੰਘ ਆ, ਜ਼ਖਮੀ ਜਿਹੜਾ ਹਸਪਤਾਲ ਦਾਖਲ ਹੈ? ਹਾਂਜੀ ਪੱਟੀ ਹਸਪਤਾਲ ਦਾਖਲ ਆ ਜੀ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਤਰਨਤਾਰਨ ਤੋਂ ਰਿਸ਼ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ।